ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ। ਦਾ ਫਿਲਮਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵੈਸੇ ਸੋਹਣੀ ਜੀ ਸਤਿ ਸ਼੍ਰੀ ਅਕਾਲ, ਬੜੀ ਸੋਹਣੀ ਜੀ ਮੁਟਿਆਰ ਸਾਡੇ ਨਾਲ ਬੈਠੀ ਹੈ। 6 ਜੁਲਾਈ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਨਨਕਾਣਾ, ਉਹਦੀ ਪ੍ਰੋਡਿਊਸਰ ਅਤੇ ਰਾਈਟਰ ਪੂਜਾ ਗੁਜਰਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਦਾ ਫਿਲਮਸ ਨੂੰ ਫੋਲੋ ਕਰਦੇ ਨੇ, ਦੇਖਦੇ ਨੇ। ਬਹੁਤ ਵਧੀਆ ਚੈਨਲ ਹੈ, ਮੈਂ ਆਪ ਫੋਲੋ ਕਰਦੀ ਹਾਂ। ਬਿਲਕੁਲ ਜੀ, ਇਹਨਾਂ ਨੇ ਦੇਖ ਲਓ, ਤੁਹਾਨੂੰ ਦੱਸ ਦਿੱਤਾ ਕਿ ਜੇ ਤੁਸੀਂ ਹਾਲੇ ਤੱਕ ਨਹੀਂ ਕਰਦੇ ਤਾਂ ਕਰ ਲਓ, ਹੈ ਨਾ। ਬਿਲਕੁਲ, ਪਲੀਜ਼ ਫੋਲੋ ਕਰੋ ਦਾ ਫਿਲਮਸ ਨੂੰ। 6 ਜੁਲਾਈ ਨੂੰ ਹੁਣ ਫਿਲਮ ਆ ਰਹੀ ਹੈ ਨਨਕਾਣਾ, ਇਹਦੀ ਕਹਾਣੀ ਤੁਸੀਂ ਆਪ ਲਿਖੀ ਹੈ, ਇਹਦੀ ਕਹਾਣੀ 'ਚ ਕੀ ਐਸਾ ਖਾਸ ਹੈ ਜਿਹੜਾ ਆਡੀਅੰਸ ਨੂੰ ਅਟਰੈਕਟ ਕਰੇਗਾ? ਖਾਸ ਗੱਲ ਇਹ ਹੈਗੀ ਕਿ ਇਟਸ ਅ ਮਿਕਸਚਰ ਆਫ ਐਂਟਰਟੇਨਮੈਂਟ ਵੀ ਹੈਗਾ, ਮੈਸੇਜਫੁੱਲ ਫਿਲਮ ਵੀ ਹੈਗੀ, ਕਲੀਨ ਫਿਲਮ ਵੀ ਹੈਗੀ, ਅਤੇ ਨਾਲ ਉਹਦੇ ਥ੍ਰਿਲਰ ਐਲੀਮੈਂਟ ਵੀ ਹੈਗਾ। ਅਤੇ ਇੱਕ ਫਿਲਮ 'ਚ ਜਦ ਇੰਨੇ ਸਾਰੇ ਮਸਾਲੇ ਹੋਣ ਤਾਂ ਜ਼ਰੂਰ ਵੇਖਣੀ ਚਾਹੀਦੀ ਹੈ। ਅਸੀਂ ਪਾਰਟੀਸ਼ਨ ਬੇਸਡ ਫਿਲਮ ਹੈਗੀ, ਪਾਰਟੀਸ਼ਨ 'ਤੇ ਨਹੀਂ ਹੈਗੀ, ਸਿਰਫ ਇੱਕ ਬੈਕਡਰੋਪ ਹੈਗਾ ਪਾਰਟੀਸ਼ਨ ਦਾ। ਅਤੇ ਫਿਲਮ ਵਿੱਚ ਤੁਸੀਂ ਹਾਸਾ ਮਾਹੌਲ ਵੀ ਵੇਖੋਗੇ, ਤੁਸੀਂ ਇਮੋਸ਼ਨਸ ਬਹੁਤ ਵੇਖੋਗੇ, ਤੁਸੀਂ ਥ੍ਰਿਲਰ ਐਲੀਮੈਂਟ ਹੈਗਾ, ਟਵਿਸਟ ਐਂਡ ਟਰਨਸ ਨੇ ਫਿਲਮ ਵਿੱਚ ਜਿਹੜੇ ਤੁਸੀਂ ਐਕਸਪੀਰੀਅੰਸ ਕਰੋਗੇ। ਅਤੇ ਓਵਰਆਲ ਇੱਕ ਬਹੁਤ ਸੋਹਣਾ ਮੈਸੇਜ ਲੈ ਕੇ ਆ ਰਹੀ ਹੈ ਫਿਲਮ ਕਿ ਆਪਾਂ ਯੂ ਨੋ ਸਾਰੇ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਹੈਗੇ ਹਾਂ, ਬਸ ਸਭ ਤੋਂ ਵੱਡੀ ਚੀਜ਼ ਹੈ ਅਸੀਂ ਰੱਬ ਦੇ ਬੱਚੇ ਹਾਂ, ਸਾਰੇ ਇੱਕ ਹੀ ਹੈਗੇ, ਅਤੇ ਅਸੀਂ ਇਨਸਾਨ ਪਹਿਲੇ ਹਾਂ ਫਿਰ ਬਾਕੀ ਚੀਜ਼ਾਂ ਆਉਂਦੀਆਂ ਨੇ। ਅਤੇ ਉਸ ਮੈਸੇਜ ਨੂੰ ਬਹੁਤ ਸਵੀਟਲੀ ਅਸੀਂ ਕਨਵੇ ਕੀਤਾ ਹੈ। ਪ੍ਰੀਚੀ ਨਹੀਂ ਹੈਗੀ ਫਿਲਮ, ਇਹ ਨਹੀਂ ਕਿ ਅਸੀਂ ਗਿਆਨ ਵੰਡ ਰਹੇ ਹਾਂ, ਵੱਡੀਆਂ ਵੱਡੀਆਂ ਸਪੀਚਾਂ ਹੋ ਰਹੀਆਂ ਨੇ, ਇੱਦਾਂ ਦਾ ਕੁਛ ਨਹੀਂ ਹੈ। ਸੀਨਸ ਨਾਲ, ਫੀਲ ਨਾਲ ਅਸੀਂ ਇੱਕ ਇਮੋਸ਼ਨ, ਇੱਕ ਮੈਸੇਜ ਕਨਵੇ ਕੀਤਾ ਹੈ। ਬਿਲਕੁਲ ਜੀ, ਇਹ ਸੁਣ ਕੇ ਹੀ ਬੜੀ ਨਾ ਐਕਸਾਈਟਮੈਂਟ ਹੋ ਜਾਂਦੀ ਹੈ ਨਨਕਾਣਾ ਲਈ। ਥੈਂਕ ਯੂ, ਬਿਲਕੁਲ, ਅਸੀਂ ਵੀ ਬਹੁਤ ਐਕਸਾਈਟਿਡ ਹਾਂ, ਸਪੈਸ਼ਲੀ ਬਿਕੋਜ਼ ਫਿਲਮ ਹੈਗੀ ਜਿਹੜੀ ਇੱਕ ਫੁੱਲ ਫੈਮਿਲੀ ਫਿਲਮ ਹੈਗੀ, ਤੁਸੀਂ ਆਪਣੇ ਫਾਦਰ ਮਦਰ ਨੂੰ ਬੱਚਿਆਂ ਨੂੰ ਨਾਲ ਲੈ ਕੇ ਜਾ ਕੇ ਵੇਖ ਸਕਦੇ ਹੋ, ਕੋਈ ਝਿਜਕ ਨਹੀਂ ਹੋਣੀ ਤੁਹਾਨੂੰ ਕਿ ਅਸੀਂ ਕੀ ਦੇਖ ਰਹੇ ਹਾਂ। ਯੂਥ ਲਈ ਬਹੁਤ ਇੰਪੋਰਟੈਂਟ ਫਿਲਮ ਆ, ਬਿਕੋਜ਼ ਜਿਹੜਾ ਅੱਜ ਕੱਲ੍ਹ ਮਾਹੌਲ ਹੈਗਾ, ਆਈ ਨੋ ਵੀ ਆਰ ਇਨ 2018, ਪਾਰਟੀਸ਼ਨ 'ਚ ਜਿਹੜਾ ਮਾਹੌਲ ਸੀਗਾ ਉਹ ਓਬਵੀਅਸਲੀ ਸਿਚੁਏਸ਼ਨ ਅਲੱਗ ਸੀ, ਬਟ ਦੇਖਿਆ ਜਾਏ ਤਾਂ ਇੱਕ ਬੇਸ ਲਾਈਨ ਆਲਮੋਸਟ ਸੇਮ ਚੀਜ਼ ਹੈਗੀ। ਵੀ ਆਲ ਨੋ ਹੁਣੇ ਇੱਕ ਬੱਚੀ ਦਾ ਕੁਛ ਦੇਰ ਪਹਿਲਾਂ ਰੇਪ ਹੋਇਆ, ਐਂਡ ਆਈ ਐਮ ਰੀਲੀ ਸੋਰੀ ਅਬਾਊਟ ਦੈਟ। ਉਸ ਚੀਜ਼ ਨੂੰ ਅਸੀਂ ਮਜ਼ਹਬ 'ਤੇ ਲੈ ਗਏ ਹਾਂ, ਉਹ ਨਹੀਂ ਫਰਕ ਪੈਂਦਾ ਕਿ ਬੱਚੀ ਹਿੰਦੂ ਸੀਗੀ ਕਿ ਮੁਸਲਮਾਨ ਸੀਗੀ, ਇੱਕ ਬੱਚੀ ਦਾ ਰੇਪ ਹੋਇਆ, ਸਿਰਫ ਉਹ ਮੈਟਰ ਕਰਦਾ ਹੈ, ਕੁੜੀ ਚਾਹੇ ਜਿਹੜੇ ਵੀ ਮਜ਼ਹਬ ਦੀ ਹੋ। ਉੱਦਾਂ ਹੀ ਜੇ ਕਿਸੇ ਦਾ ਮਰਡਰ ਹੁੰਦਾ ਜਾਂ ਕਿਸੇ ਨੂੰ ਗਲਤ ਕਿਸੇ ਨਾਲ ਹੁੰਦਾ, ਨਹੀਂ ਫਰਕ ਪੈਂਦਾ ਕਿ ਕਿਹੜੇ ਮਜ਼ਹਬ ਤੋਂ ਨੇ, ਉਹਨਾਂ ਨਾਲ ਗਲਤ ਹੋਇਆ ਹੈ, ਇੱਕ ਇਨਸਾਨ ਨਾਲ ਗਲਤ ਹੋਇਆ, ਉਹ ਫਰਕ ਪੈਂਦਾ। ਲੋਕ ਜਿਹੜਾ ਬੇਸ ਹੈ ਉਹਨੂੰ ਲੋਕ ਭੁੱਲ ਜਾਂਦੇ ਨੇ, ਹੈ ਨਾ। ਜਦੋਂ ਤੁਸੀਂ ਇਸਦੀ ਕਹਾਣੀ ਲਿਖੀ ਸੀਗੀ, ਇੰਨੇ ਖੂਬਸੂਰਤ ਐਲੀਮੈਂਟ ਜੁੜੇ, ਇੰਨੇ ਸੋਹਣੇ ਨਾਮ ਜੁੜੇ ਹੈ, ਕਹਾਣੀ ਲਿਖਦੇ ਲਿਖਦੇ ਤੁਹਾਡੇ ਮਾਇੰਡ 'ਚ ਸੀਗੀ ਜਾਂ ਕੈਰੇਕਟਰ ਲਿਖਣ ਤੋਂ ਬਾਅਦ ਤੁਸੀਂ ਸਿਲੈਕਟ ਕੀਤਾ? ਕਹਾਣੀ ਤਾਂ ਮੈਂ ਪਹਿਲਾਂ ਸੋਚੀ ਸੀ, ਉਹ ਤੋਂ ਬਾਅਦ ਜਦ ਮੈਂ ਕੈਰੇਕਟਰ ਸੋਚਣ ਲੱਗੀ ਕਿ ਕਿਵੇਂ ਇਸ ਕਹਾਣੀ ਨੂੰ ਅੱਗੇ ਦਿੱਤਾ ਜਾਏ, ਤਾਂ ਸਿਰਫ ਮਾਨ ਸਾਹਿਬ ਹੀ ਮੇਰੇ ਮਨ 'ਚ ਆਏ, ਉਹਨਾਂ ਦੀ ਬਿਲਕੁਲ ਛਵੀ ਬਣ ਰਹੀ ਸੀ, ਉਹ ਤੋਂ ਇਲਾਵਾ ਕੋਈ ਆਇਆ ਹੀ ਨਹੀਂ ਦੂਜਾ ਦਿਮਾਗ 'ਚ, ਅਤੇ ਹੀ ਵਾਸ ਪਰਫੈਕਟ ਫੋਰ ਕਰਮ ਸਿੰਘ ਨਾਂ ਹੈਗਾ ਫਿਲਮ 'ਚ ਉਹਨਾਂ ਦਾ, ਅਤੇ ਸਿਰਫ ਉਹ ਹੀ ਹੋ ਸਕਦੇ ਸੀ ਕਰਮ ਸਿੰਘ। ਅਸੀਂ ਬਹੁਤ ਗੱਲਾਂ ਸੁਣੀਆਂ ਕਿ ਪ੍ਰੋਡਿਊਸਰ ਡਾਇਰੈਕਟਰ ਇਕੱਠੇ, ਮਤਲਬ ਇੱਕ ਫੈਮਿਲੀ ਜੀ ਹੁੰਦੀ ਹੈ ਨਾ, ਉੱਦਾਂ ਨਨਕਾਣਾ ਦਾ ਸੈੱਟ ਹੁੰਦਾ ਸੀਗਾ, ਕਿਹੋ ਜਿਹਾ ਐਕਸਪੀਰੀਅੰਸ ਸੀਗਾ ਪਰਸਨਲੀ ਤੁਹਾਨੂੰ, ਸਿੱਖਣ ਨੂੰ ਕੀ ਕੀ ਮਿਲਿਆ ਔਰ ਤੁਸੀਂ ਕੀ ਕੀ ਸਿਖਾਇਆ ਬਾਕੀਆਂ ਨੂੰ? ਵੈਲ ਐਕਚੁਲੀ ਬਿਲਕੁਲ ਫੈਮਿਲੀ ਵਾਲਾ ਮਾਹੌਲ ਸੀ, ਸਾਡੀ ਡਾਇਰੈਕਟਰ ਮੈਮ ਮਨਜੀਤ ਜੀ ਬਹੁਤ ਸਿੱਖਣ ਨੂੰ ਮਿਲਿਆ ਉਹਨਾਂ ਤੋਂ, ਬਹੁਤ ਐਕਸਪੀਰੀਅੰਸ ਨੇ, ਉਹਨਾਂ ਨੇ ਆਪ ਬਹੁਤ ਫਿਲਮਾਂ ਬਣਾਈਆਂ ਨੇ, ਪ੍ਰੋਡਿਊਸ ਕੀਤੀਆਂ ਨੇ, ਉਹਨਾਂ ਦੀ ਤੀਜੀ ਫਿਲਮ ਹੈ ਐਜ਼ ਅ ਡਾਇਰੈਕਟਰ। ਉਹਨਾਂ ਨੇ ਪੀਰੀਅਡ ਫਿਲਮਾਂ ਐਕਚੁਲੀ ਬਹੁਤ ਕੀਤੀਆਂ ਨੇ, ਸਪੈਸ਼ਲੀ ਵਾਰਿਸ ਸ਼ਾਹ, ਫਿਰ ਆਪਣੀ ਉਹਨਾਂ ਨੇ ਸ਼ਹੀਦ ਮੁਹੱਬਤ ਬੂਟਾ ਸਿੰਘ ਸੋਰੀ, ਅਤੇ ਕਾਫੀ ਉਹਨਾਂ ਨੇ ਪੀਰੀਅਡ ਕੀਤਾ ਹੈ, ਉਹਨਾਂ ਨੂੰ ਬਹੁਤ ਉਹਦੀ ਨੌਲੇਜ ਹੈਗੀ, ਇੱਕ ਇੱਕ ਡਿਟੇਲਿੰਗ ਬਾਰੇ ਉਹਨਾਂ ਨੂੰ ਬਹੁਤ ਪਤਾ ਹੈ, ਅਤੇ ਮੈਨੂੰ ਉਸ ਚੀਜ਼ ਦੀ ਬਹੁਤ ਹੈਲਪ ਹੋਈ, ਮੈਮ ਦਾ ਬਹੁਤ ਕੰਟਰੀਬਿਊਸ਼ਨ ਰਿਹਾ। ਅਦਰਵਾਈਜ਼ ਆਲਸੋ ਉਹਨਾਂ ਤੋਂ ਐਜ਼ ਅ ਪ੍ਰੋਡਿਊਸਰ ਸਿੱਖਣ ਨੂੰ ਬਹੁਤ ਕੁਛ ਮਿਲਿਆ, ਐਵਰੀ ਡੇ ਵਾਜ਼ ਅ ਲਰਨਿੰਗ ਐਕਸਪੀਰੀਅੰਸ। ਬਾਕੀ ਮੈਂ ਤਾਂ ਲੋਕਾਂ ਨੂੰ ਰੋਜ਼ ਕੁਛ ਨਾ ਕੁਛ ਸਿਖਾਉਂਦੀ ਰਹਿੰਦੀ ਹਾਂ, ਹੁਣ ਇਹਨੂੰ ਵੀ ਸਿਖਾਵਾਂਗੀ, ਮੈਂ ਜ਼ਰੂਰ ਸਿੱਖ ਕੇ ਜਾਵਾਂਗੀ। ਅਤੇ ਤੁਸੀਂ ਤੁਹਾਡੇ ਕੋਲ ਸਿਖਾਉਂਦੀ ਹਾਂ, ਕੀਪ ਸਮਾਈਲਿੰਗ, ਹੈਲਥ ਵੈਲਥ ਇਜ਼ ਇੰਪੋਰਟੈਂਟ, ਖੁਸ਼ ਰਹੋ,
ਸਭ ਵਧੀਆ ਰਹੇਗਾ। ਬਸ ਇਸ ਤੋਂ ਵੱਡੀ ਗੱਲ ਹੀ ਨਹੀਂ ਹੁੰਦੀ, ਕੋਈ ਖੁਸ਼ ਰਹੋ। ਤੁਹਾਨੂੰ ਬਹੁਤ ਐਕਸਪੀਰੀਅੰਸ ਹੈ, ਤੁਸੀਂ ਬਾਲੀਵੁੱਡ 'ਚ ਵੀ ਕੰਮ ਕੀਤਾ, ਬਹੁਤ ਬਹੁਤ ਵੱਡੀਆਂ ਫਿਲਮਾਂ ਦੇ ਨਾਲ ਤੁਹਾਡਾ ਨਾਮ ਜੁੜਿਆ। ਪੰਜਾਬੀ ਸਿਨੇਮਾ ਇੱਕ ਬਹੁਤ ਅੱਛੀ ਪਹਿਚਾਣ ਬਣਾ ਚੁੱਕਿਆ ਹੈ, ਕਿੱਥੇ ਸਟੈਂਡ ਕਰਦਾ ਹੁਣ ਬਾਲੀਵੁੱਡ ਤੋਂ ਜਾਂ ਹੋਰ ਕਿਸੇ ਚੀਜ਼ਾਂ ਤੋਂ? ਜਿਵੇਂ ਕਿ ਤੁਸੀਂ ਕਿਹਾ ਕਿ ਮੈਂ ਬਾਲੀਵੁੱਡ 'ਚ, ਮੈਨੂੰ 14 ਈਅਰਸ ਹੋ ਗਏ ਨੇ ਬਾਲੀਵੁੱਡ 'ਚ ਪੰਜਾਬੀ ਸਿਨੇਮਾ ਮੈਂ ਹੁਣ ਕਰ ਰਹੀ ਹਾਂ, ਅਤੇ ਮੇਰੇ ਹਿਸਾਬ ਨਾਲ ਇਟਸ ਐਟ ਪਾਰ ਵਿਦ ਬਾਲੀਵੁੱਡ, ਬਿਕੋਜ਼ 14 ਸਾਲ ਤੋਂ ਉੱਥੇ ਸੀਗੀ, ਹੁਣ ਇੱਥੇ ਕਦਮ ਰੱਖਿਆ, ਇਜ਼ ਬਿਕੋਜ਼ ਪੰਜਾਬੀ ਸਿਨੇਮਾ ਇਜ਼ ਗਰੋਇੰਗ ਐਂਡ ਬਹੁਤ ਵਧੀਆ ਸਿਨੇਮਾ ਹੈਗਾ, ਆਡੀਅੰਸ ਬਹੁਤ ਪਿਆਰੀ ਹੈਗੀ, ਵਾਈਡ ਆਡੀਅੰਸ ਹੈਗੀ। ਇਨਫੈਕਟ ਕਾਫੀ ਫਿਲਮਾਂ ਨੇ ਸਪੈਸ਼ਲੀ ਪੰਜਾਬੀ ਦੀਆਂ ਜਦੋਂ ਓਵਰਸੀਜ਼ ਰਿਲੀਜ਼ ਹੁੰਦੀਆਂ ਨੇ, ਸਾਡੇ ਓਵਰਸੀਜ਼ ਆਡੀਅੰਸ ਪੰਜਾਬੀ ਜਿਹੜੇ ਨੇ, ਮੈਂ ਐਕਚੁਲੀ ਇੱਕ ਚੀਜ਼ ਇੱਥੇ ਕਹਿਣਾ ਚਾਹਾਂਗੀ, ਉਹ ਸਾਰੇ ਆਡੀਅੰਸ ਨੂੰ ਸਲਿਊਟ ਆ ਤੁਹਾਡੇ ਸਾਰਿਆਂ ਨੂੰ, ਬਿਕੋਜ਼ ਤੁਸੀਂ ਸਾਰੇ ਇੰਨਾ ਆਪਣੇ ਆਪ ਨੂੰ ਜੋੜ ਕੇ ਰੱਖਿਆ ਹੋਇਆ ਪੰਜਾਬ ਨਾਲ, ਬਹੁਤ ਘੱਟ ਲੋਕ ਕਰਦੇ ਨੇ, ਤੁਸੀਂ ਲੋਕ ਜ਼ਿਆਦਾ ਪੰਜਾਬੀ ਹੋ ਸਾਡੇ ਤੋਂ, ਸੱਚੀ ਬਹੁਤ ਫਖਰ ਹੈ ਮੈਨੂੰ ਤੁਹਾਡੇ 'ਤੇ ਕਿ ਤੁਸੀਂ ਆਪਣੇ ਬੱਚਿਆਂ ਨੂੰ, ਆਪਣੀ ਮਾਂ ਬੋਲੀ ਨੂੰ, ਪੰਜਾਬ ਨੂੰ ਇੰਨਾ ਸੰਭਾਲ ਕੇ ਰੱਖਿਆ ਹੋਇਆ। ਸੋ ਪੰਜਾਬੀ ਫਿਲਮਸ ਇਜ਼ ਐਟ ਪਾਰ ਵਿਦ ਬਾਲੀਵੁੱਡ ਐਂਡ ਆਈ ਐਮ ਵੈਰੀ ਹੈਪੀ ਕਿ ਮੈਂ ਆਪਣੇ ਪੰਜਾਬ ਲਈ, ਆਪਣੀ ਮਾਂ ਬੋਲੀ ਲਈ ਕੁਛ ਕਰ ਪਾ ਰਹੀ ਹਾਂ। ਅਤੇ ਪੰਜਾਬੀ ਸਿਨੇਮਾ ਜਾਂ ਜਦੋਂ ਜਿਸ ਤਰ੍ਹਾਂ ਦਾ ਸਿਨੇਮਾ ਤੁਸੀਂ ਲੈ ਕੇ ਆ ਰਹੇ ਹੋ, ਇਹ ਲੋਕਾਂ ਦੇ ਉੱਤੇ ਪ੍ਰਭਾਵ ਪਾਉਂਦਾ ਹੈ, ਤੁਹਾਨੂੰ ਆਪਣੇ ਸਬਜੈਕਟ ਦੇ ਉੱਤੇ ਕਿੰਨਾ ਭਰੋਸਾ ਹੈ ਕਿ ਜ਼ਰੂਰ ਇੱਕ ਚੇਂਜ ਲੈ ਕੇ ਆਏਗੀ ਸੋਸਾਇਟੀ 'ਚ? ਮੈਨੂੰ ਬਹੁਤ ਭਰੋਸਾ ਐਕਚੁਅਲੀ, ਐਂਡ ਉਸ ਕਨਵਿਕਸ਼ਨ ਨਾਲ ਹੀ ਆਹ ਫਿਲਮ ਬਣਾਈ ਹੈ, ਬਿਕੋਜ਼ ਇੱਕ ਪ੍ਰੋਡਿਊਸਰ ਹੋਣਾ, ਪੈਸੇ ਪਾਉਣਾ ਇੱਕ ਫਿਲਮ 'ਚ, ਬਹੁਤ ਰਿਸਕ ਤਾਂ ਨਹੀਂ ਮੈਂ ਕਹਾਂਗੀ, ਪਰ ਬਹੁਤ ਸਟਰੈਂਥ, ਬੜੀ ਜੁਰਤ, ਜਜ਼ਬੇ ਜੁਰਤ ਵਾਲੀ ਗੱਲ ਹੈ। ਅਤੇ ਆਈ ਫੀਲ ਕਿ ਇੱਕ ਮੈਸੇਜ ਜਿਹੜਾ ਆਪਾਂ ਦੇਣਾ ਚਾਹੁੰਦੇ ਹਾਂ ਉਹ ਜ਼ਰੂਰ ਫਰਕ ਲੈ ਕੇ ਆਏਗਾ, ਸਪੈਸ਼ਲੀ ਯੂਥ 'ਚ, ਬਿਕੋਜ਼ ਸਾਡੀ ਯੂਥ ਨਾ ਬਹੁਤ ਪਿਆਰੀ ਅੱਜ ਦੀ, ਉਹਨਾਂ ਨੂੰ ਜਿਹੜੀ ਇੱਦਾਂ ਦੀਆਂ ਚੀਜ਼ਾਂ ਨੇ, ਹੁਣ ਕੈਂਡਲ ਮਾਰਚਿਸ ਵਗੈਰਾ ਯੂਥ ਅਗਰੈਸਿਵਲੀ ਕਰਦਾ ਹੈ, ਐਂਡ ਦੇ ਡੋਂਟ ਥਿੰਕ ਕਿ ਇਹ ਬੰਦਾ ਇੱਦਾਂ ਹੈ, ਉਹ ਕਰਮ ਵੇਖਦੇ ਨੇ, ਉਹ ਚੰਗਿਆਈ ਦੇਖਦੇ ਨੇ। ਸੋ ਵੀਲ ਕਨੈਕਟ ਵਿਦ ਦੈਮ, ਐਂਡ ਇੱਕ ਮੈਸੇਜਫੁੱਲ ਫਿਲਮ ਹੈ ਅਤੇ ਲੋਕ ਬਿਲਕੁਲ ਐਕਸੈਪਟ ਕਰਨਗੇ, ਪੰਜਾਬੀ ਕਲਚਰ ਨੂੰ ਬਹੁਤ ਕਨੈਕਟਡ ਹੈਗੀ ਫਿਲਮ, ਅਤੇ ਜਿੰਨੇ ਲੋਕ ਪੰਜਾਬ ਨੂੰ, ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਉਹ ਜ਼ਰੂਰ ਪਸੰਦ ਕਰਨਗੇ। ਨਨਕਾਣਾ ਫਿਲਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਰੱਖਿਆ ਇੰਨੇ ਸੋਹਣੇ? ਵਾਈ, ਮੈਂ ਜਦ 25 ਕਿਲੋ ਲੂਜ਼ ਕਰ ਲਵਾਂਗੀ ਫਿਰ ਮੈਂ ਨਨਕਾਣਾ 2 ਬਣਾਵਾਂਗੀ, ਫਿਰ ਮੈਂ ਕਾਸਟ ਕਰਾਂਗੀ। ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੀ ਸੀਕੁਅਲ ਦੀ ਅਨਾਊਂਸਮੈਂਟ ਪਹਿਲੇ ਹੋ ਗਈ ਹੈ ਕਿ ਜਦ ਤੁਸੀਂ ਫਿੱਟ ਹੋ ਜਾਓਗੇ? ਇਹ ਰੱਬ ਨੇ ਮੇਰੇ ਮੂੰਹ ਨਿਕਲਵਾਇਆ ਹੈ ਅਤੇ ਮੈਂ, ਆਈ ਮੀਨ ਆਈ ਡੋਂਟ ਨੋ ਮੈਂ ਹੋਵਾਂਗੀ ਕਿ ਨਹੀਂ, ਬਟ ਜੇ ਨਨਕਾਣਾ 2 ਤੁਸੀਂ ਮੌਕਾ ਦਿਓਗੇ ਬਣਾਉਣ ਦਾ ਤਾਂ ਜ਼ਰੂਰ ਬਣਾਵਾਂਗੇ, ਬਿਕੋਜ਼ ਅਸੀਂ ਹੋਰ ਪੰਜਾਬ ਨੂੰ, ਪੰਜਾਬੀਅਤ ਨੂੰ, ਸਾਡੇ ਕਲਚਰ ਨੂੰ, ਜਿੰਨੀ ਸਾਡੀਆਂ ਸਿੱਖਿਆ ਹੈਗੀ ਪੰਜਾਬੀਆਂ ਲਈ, ਆਪਣਾ ਰੱਬ ਜਿਹੜੀਆਂ ਚੀਜ਼ਾਂ ਤੋਂ ਅਸੀਂ ਸਿੱਖੀਆਂ ਕਿਵੇਂ ਹੋਣੀ ਚਾਹੀਦੀਆਂ ਚੀਜ਼ਾਂ, ਉਹਨੂੰ ਅੱਗੇ ਜ਼ਰੂਰ ਲੈ ਕੇ ਜਾਣਾ ਚਾਹਵਾਂਗੇ। ਹੁਣ ਜਾਂਦੇ ਜਾਂਦੇ ਅਸੀਂ ਆਡੀਅੰਸ ਨੂੰ ਇਹ ਜ਼ਰੂਰ ਇੱਕ ਤੁਹਾਡੇ ਦਿਲ ਦੀ ਇੱਕ ਚੀਜ਼ ਦੱਸਣਾ ਚਾਹਵਾਂਗੇ ਕਿ ਨਨਕਾਣਾ ਦੇਖਣ ਕਿਉਂ ਜਾਣ? ਨਨਕਾਣਾ ਪਲੀਜ਼ ਤੁਸੀਂ ਫਸਟਲੀ ਇਸ ਲਈ ਵੇਖਣ ਜਾਓ ਕਿ ਤੁਸੀਂ ਆਪਣੀ ਪੂਰੀ ਫੈਮਲੀ ਨਾਲ ਜਾ ਸਕਦੇ ਹੋ, ਬਹੁਤ ਘੱਟ ਮੌਕੇ ਮਿਲਦੇ ਨੇ ਜਿੱਥੇ ਅਸੀਂ ਫੈਮਲੀ ਨਾਲ ਆਰਾਮ ਨਾਲ ਵਿਦਆਊਟ ਐਨੀ ਸੰਕੋਚ ਜਾ ਸਕਦੇ ਹਾਂ। ਅਤੇ ਗਰਮੀ ਦਾ ਬਹੁਤ ਮੌਸਮ ਹੈ, ਗਰਮੀ 'ਚ ਤੁਸੀਂ ਬਾਹਰ ਜਾਓਗੇ ਬਿਮਾਰ ਨਾ ਪੈ ਜਾਓ, ਅਤੇ ਠੰਡੇ ਠੰਡੇ ਏਸੀ ਹਾਲ 'ਚ ਜਾਓ, ਫਿਲਮ ਵੇਖੋ, ਆਪਣੇ ਫਾਦਰ ਮਦਰ ਨੂੰ ਲੈ ਕੇ ਜਾਓ, ਬਿਕੋਜ਼ ਉਹ ਪ੍ਰਾਊਡ ਫੀਲ ਕਰਨਗੇ, ਉਹਨਾਂ ਨੂੰ ਜਿੰਨੇ ਲੋਕ ਪਾਕਿਸਤਾਨ 'ਚੋਂ ਆਏ ਸੀਗੇ ਜਾਂ ਤੁਹਾਡੇ ਬਜ਼ੁਰਗ ਆਏ ਉੱਥੋਂ ਦੇ ਸੀਗੇ, ਤੁਸੀਂ ਕਨੈਕਸ਼ਨ ਦੇਖੋ ਉੱਥੇ ਕਿਵੇਂ ਸੀਗਾ। ਐਂਡ ਮੈਸੇਜਫੁੱਲ ਫਿਲਮ ਹੈਗੀ, ਕਲੀਨ ਹੈਗੀ, ਫਨ ਹੈਗੀ, ਐਂਟਰਟੇਨਮੈਂਟ ਹੈਗੀ, ਅਤੇ ਥ੍ਰਿਲਰ, ਮੈਂ ਬਾਰ ਬਾਰ ਕਹਿ ਰਹੀ ਹਾਂ, ਉੱਥੇ ਬਹੁਤ ਟਵਿਸਟ ਐਂਡ ਟਰਨਸ ਨੇ ਫਿਲਮ ਵਿੱਚ ਜੋ ਤੁਸੀਂ ਇੰਜੋਏ ਕਰੋਗੇ, ਤਾਂ ਇੰਜੋਏ ਦ ਫਿਲਮ। 6 ਜੁਲਾਈ 2018 ਸਿਨੇਮਾ 'ਚ ਪਲੀਜ਼ ਸਾਡੀ ਫਿਲਮ ਨਨਕਾਣਾ ਜ਼ਰੂਰ ਦੇਖਣਾ, ਕਿਉਂਕਿ ਇਹ ਸਾਡੀ ਨਹੀਂ ਤੁਹਾਡੀ ਫਿਲਮ ਹੈ ਨਨਕਾਣਾ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਆਲ ਦਾ ਵੈਰੀ ਬੈਸਟ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਦਾ ਫਿਲਮ, ਆਲ ਦਾ ਬੈਸਟ। ਇਹ ਸੀ ਜੀ ਪੂਜਾ ਗੁਜਰਾਲ ਜੀ, 6 ਜੁਲਾਈ ਨਨਕਾਣਾ ਬਿਲਕੁਲ ਮਿਸ ਨਾ ਕਰਨਾ, ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ, ਸਤਿ ਸ਼੍ਰੀ ਅਕਾਲ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ।